ਸੰਧੂ ਸਾਹਿਬ ਕਿੰਨਾ ਨਾ ਖੜ ਗਏ ਸਿੱਖਾਂ ਦੀ ਦੁਸ਼ਮਣ ਜਮਾਤ ਨਾਲ। ਜੇ ਅੱਜ ਉਹ ਜੀ ਦਿੰਦੇ ਤਾਂ ਆਪਣੇ ਪੋਤੇ ਨੂੰ ਕਹਿੰਦੇ ਕਿਹੜਾ ਕੰਮ ਕਰਨ ਲੱਗੇ। ਅਜੇ ਤੇ ਤਿੰਨ ਸਾਲ ਵੀ ਬੀਤੇ, 740 ਕਿਸਾਨ ਬੀਜੇਪੀ ਨੇ ਪੰਜਾਬ ਦੇ ਕਿਸਾਨ ਸ਼ਹੀਦ ਕੀਤੇ। ਤੁਸੀਂ ਜਦ ਉਹਨਾਂ ਨਾਲ ਖੜੇ ਆਪਣਾ ਇਤਿਹਾਸ ਤੇ ਪੜ੍ਹ ਲੈਂਦੇ, ਆਪਣੇ ਵੱਡਿਆਂ ਦੀ ਹਿਸਟਰੀ ਤੇ ਪੜ੍ਹ ਲੈਂਦੇ। ਸਮਾਂ ਬਦਲ ਗਿਆ, ਵਕਤ ਬਦਲ ਗਿਆ ਸਰ, ਤੇ ਅੰਮ੍ਰਿਤਸਰ ਵੀ ਬਦਲ ਗਿਆ। ਅੰਮ੍ਰਿਤਸਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਰਾਵਾਂਗੇ ਕਾਂਗਰਸ ਅਕਾਲੀਆਂ ਨੂੰ, ਬੀਜੇਪੀ ਵਾਲਿਆਂ ਨੂੰ। ਕਿ ਸਾਡਾ ਵਪਾਰ ਖੁੱਲੇ, ਪੂਰੇ ਏਸ਼ੀਆ ਦੇ ਵਿੱਚ ਸਾਡਾ ਮਾਲ ਜਾਵੇ, ਸਾਡਾ ਹੱਥ ਸੌਖਾ ਹੋਵੇ। ਅਸੀਂ ਤਾਂ ਆਪ ਇਸ ਗੱਲ ਦੀ ਪਹਿਲਾਂ ਵੀ ਮੰਗ ਕਰਦੇ ਰਹੇ। ਸੀਐਮ ਸਾਹਿਬ ਨੇ ਤੇ ਪਾਰਲੀਮੈਂਟ ਦੇ ਵਿੱਚ ਕਈ ਵਾਰ ਬੋਲੇ ਵੀ ਸਾਡਾ ਟ੍ਰੇਡ ਜਿਹੜਾ ਉਹ ਖੁੱਲ੍ਹਾ, ਵਪਾਰ ਜਿਹੜਾ ਖੁੱਲ੍ਹਣਾ ਚਾਹੀਦਾ। ਸੀਐਮ ਦੇ ਨਾਲ ਬੈਠਕ ਅੰਮ੍ਰਿਤਸਰ ਦੀ ਹੋਈ ਹੈ, ਮੇਰੇ ਨਾਲ ਕੁਲਦੀਪ ਸਿੰਘ ਧਾਲੀਵਾਲ ਨੇ। ਧਾਲੀਵਾਲ ਸਾਹਿਬ, ਬੈਠਕ ਹੋਈ ਅੰਮ੍ਰਿਤਸਰ ਤੋਂ, ਤੁਸੀਂ ਕੈਂਡੀਡੇਟ ਹੋ ਇੱਥੇ ਅੰਮ੍ਰਿਤਸਰ ਦੇ ਵਿੱਚ। ਕਾਂਗਰਸ ਇਸ ਵੇਲੇ ਮੈਂਬਰ ਪਾਰਲੀਮੈਂਟ ਦੋ ਵਾਰ ਉੱਥੋਂ ਲਗਾਤਾਰ ਜਿੱਤੀ, ਪਹਿਲਾਂ ਕੈਪਟਨ ਅਮਰਿੰਦਰ ਜਿੱਤੇ, ਹੁਣ ਜਿਹੜਾ ਵੈ ਉੱਥੇ ਮੌਜੂਦ ਗੁਰਜੀਤ ਔਜਲਾ ਹੋ ਰਹੀ ਨੇ। ਸਰ ਪੂਰੇ ਪੰਜਾਬ 'ਚ ਪਹਿਲਾਂ ਕਦੀ ਕਾਂਗਰਸ ਜਿੱਤਦੀ ਸੀ, ਕਦੀ ਅਕਾਲੀ ਜਿੱਤਦੇ ਰਹੇ, ਕਦੀ ਕੋਈ ਜਿੱਤਦਾ ਨਹੀਂ। ਪਹਿਲੀ ਵਾਰ ਆਏ, ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਸਮਾਂ ਬਦਲ ਗਿਆ, ਵਕਤ ਬਦਲ ਗਿਆ ਸਰ, ਤੇ ਅੰਮ੍ਰਿਤਸਰ ਵੀ ਬਦਲ ਗਿਆ। ਅੰਮ੍ਰਿਤਸਰ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਰਾਵਾਂਗੇ ਕਾਂਗਰਸ ਅਕਾਲੀਆਂ ਨੂੰ, ਬੀਜੇਪੀ ਵਾਲਿਆਂ ਨੂੰ। ਕਾਂਗਰਸ ਤਾਂ ਇਹ ਕਹਿੰਦੀ ਕਿ ਵਪਾਰ ਖੁੱਲ੍ਹਣਾ ਚਾਹੀਦਾ, ਬਾਰਡਰ ਖੁੱਲ੍ਹਣੇ ਚਾਹੀਦੇ ਇਸ ਤਰੀਕੇ ਦਾ। ਨਹੀਂ, ਅਸੀਂ ਤਾਂ ਆਪ ਕਹਿੰਦੇ ਕਿ ਸਾਡਾ ਵਪਾਰ ਖੁੱਲ੍ਹੇ, ਪੂਰੇ ਏਸ਼ੀਆ ਦੇ ਵਿੱਚ ਸਾਡਾ ਮਾਲ ਜਾਵੇ, ਸਾਡਾ ਹੱਥ ਸੌਖਾ ਹੋਵੇ। ਅਸੀਂ ਤਾਂ ਆਪ ਇਸ ਗੱਲ ਦੀ ਪਹਿਲਾਂ ਵੀ ਮੰਗ ਕਰਦੇ ਰਹੇ। ਸੀਐਮ ਸਾਹਿਬ ਨੇ ਤੇ ਪਾਰਲੀਮੈਂਟ ਦੇ ਵਿੱਚ ਕਈ ਵਾਰ ਬੋਲੇ ਵੀ ਸਾਡਾ ਟ੍ਰੇਡ ਜਿਹੜਾ ਉਹ ਖੁੱਲ੍ਹਾ, ਵਪਾਰ ਜਿਹੜਾ ਖੁੱਲ੍ਹਣਾ ਚਾਹੀਦਾ। ਸਮਝਕ ਦੀ ਅਸੀਂ ਵੀ ਇਹ ਚਾਹੁੰਦੇ। ਤੁਹਾਨੂੰ ਕੀ ਲੱਗਦਾ, ਜੇਕਰ ਤੁਹਾਨੂੰ ਲੋਕ ਜਿਤਾਉਂਦੇ ਹੈ, ਕਿਹੜੇ ਦੋ ਕੰਮ ਸਭ ਤੋਂ ਪਹਿਲਾਂ ਤੁਸੀਂ ਕਰਵਾਓਗੇ? ਨਹੀਂ, ਸਭ ਤੋਂ ਪਹਿਲਾਂ ਤਾਂ ਇੰਡਸਟਰੀ ਜਿਹੜੀ, ਦੂਜਾ ਟ੍ਰੇਡ। ਇੱਕ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਉਦੋਂ ਅੰਮ੍ਰਿਤਸਰ ਨੂੰ ਇੱਕ ਇੰਟਰਨੈਸ਼ਨਲ ਯੂਨੀਵਰਸਿਟੀ ਮਿਲੀ, ਉਹ ਬਾਦਲ ਕੇ ਬਠਿੰਡੇ ਲੈ ਗਏ। ਇੱਕ ਤਾਂ ਅੰਤਰਰਾਸ਼ਟਰੀ ਲੈਵਲ ਦੀ ਯੂਨੀਵਰਸਿਟੀ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਲਿਆਉਣੀ ਬਹੁਤ ਜ਼ਰੂਰੀ ਆ, ਔਰ ਇੱਕ ਅੰਤਰਰਾਸ਼ਟਰੀ ਲੈਵਲ ਦਾ ਸਟੇਡੀਅਮ ਜਿਹੜਾ ਉਹ ਬਣਾਉਣਾ ਜਿਹੜਾ ਬਹੁਤ ਜ਼ਰੂਰੀ ਆ, ਉਹ ਲੋਕਾਂ ਦੀ ਬਹੁਤ ਮੰਗ ਆ, ਇਹ ਮੈਂ ਕੰਮ ਪਹਿਲਾਂ ਕਰ। ਦਿੱਲੀ 'ਚ ਕਾਂਗਰਸ ਦੇ ਵੱਲੋਂ ਮੈਨੀਫੈਸਟੋ ਜਾਰੀ ਹੋਇਆ, ਉਹ ਕਹਿੰਦੇ ਕਿ ਜੇਕਰ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅਸੀਂ MSP ਦੀ ਗਰੰਟੀ ਲਾਗੂ ਜਿਹੜੀ ਹੈ ਉਹ ਕਰਵਾਵਾਂਗੇ। ਨਾ ਚੰਗਾ ਹੋਣੀ ਚਾਹੀਦੀ, ਅਸੀਂ ਤਾਂ ਕਹਿੰਦੇ ਕਦੋਂ, ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਕਦੋਂ, ਉਹ ਕਰਦੇ ਨਹੀਂ ਨਾ, ਕਹਿ ਦਿੰਦੇ ਆ ਇਹਨਾਂ ਦੀਆਂ ਸਰਕਾਰਾਂ ਰਹੀਆਂ ਪਹਿਲਾਂ, ਕਰਦੇ ਨੇ ਕਿਤੇ ਹੋਰ ਵਧੀਆ। ਕਿਉਂਕਿ ਬੀਜੇਪੀ ਨੇ ਜਿਸ ਕੈਂਡੀਡੇਟ ਨੂੰ ਉਤਾਰਿਆ, ਉਹਨਾਂ ਦਾ ਆਪਣਾ ਇੱਕ ਰੁਤਬਾ ਅੰਬੈਸਡਰ ਰਹੇ ਹੈ, ਉਹਨਾਂ ਦੇ ਫੈਮਿਲੀ ਦਾ ਇੱਕ ਬੜਾ ਤਕੜਾ ਰੁਤਬਾ ਰਿਹਾ, ਕਿੰਨਾ ਕੁ ਵੱਡਾ ਚੈਲੇਂਜ ਸਾਨੂੰ ਲੱਗਦਾ ਸਰ? ਉਹਨਾਂ ਦੀ ਫੈਮਿਲੀ ਦਾ ਰੁਤਬਾ, ਉਹਨਾਂ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਸਾਹਿਬ ਬਹੁਤ ਵੱਡੇ ਲੀਡਰ ਸੀ, ਗੁਰਦੁਆਰਾ ਸਰਦਾਰ ਲਹਿਰ। ਔਰ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਕਿ ਹਰਿਮੰਦਰ ਸਾਹਿਬ ਦੇ ਅੰਦਰ ਇਕੱਲੇ ਉਹ ਬੰਦੇ ਆ ਜਿਨ੍ਹਾਂ ਦੇ ਨਾਂ 'ਤੇ ਇੱਕ ਬਹੁਤ ਇੰਪੋਰਟੈਂਟ ਹਾਲ ਹੈ, ਤੇਜਾ ਸਿੰਘ ਸਮੁੰਦਰੀ ਹਾਲ। ਸਰ ਸੰਧੂ ਸਾਹਿਬ ਕਿੰਨਾ ਨਾ ਖੜ ਗਏ ਸਿੱਖਾਂ ਦੀ ਦੁਸ਼ਮਣ ਜਮਾਤ ਨਾਲ। ਜੇ ਅੱਜ ਉਹ ਜੀ ਦਿੰਦੇ ਤਾਂ ਆਪਣੇ ਪੋਤੇ ਨੂੰ ਕਹਿੰਦੇ ਕਿਹੜਾ ਕੰਮ ਕਰਨ ਲੱਗੇ। ਅਜੇ ਤੇ ਤਿੰਨ ਸਾਲ ਵੀ ਬੀਤੇ, 740 ਕਿਸਾਨ ਬੀਜੇਪੀ ਨੇ ਪੰਜਾਬ ਦੇ ਕਿਸਾਨ ਸ਼ਹੀਦ ਕੀਤੇ। ਤੁਸੀਂ ਜਦ ਉਹਨਾਂ ਨਾਲ ਖੜੇ ਆਪਣਾ ਇਤਿਹਾਸ ਤੇ ਪੜ੍ਹ ਲੈਂਦੇ, ਆਪਣੇ ਵੱਡਿਆਂ ਦੀ ਹਿਸਟਰੀ ਤੇ ਪੜ੍ਹ ਲੈਂਦੇ, ਆਪਣੇ ਵੱਡਿਆਂ ਦੀ ਹਿਸਟਰੀ ਦੇ ਉਲਟ ਜਾ ਕੇ ਖੜੇ ਹੋ। ਪੂਰਾ ਪੰਜਾਬ ਬੀਜੇਪੀ ਦੇ ਖਿਲਾਫ ਹੈ। ਸੰਧੂ ਸਾਹਿਬ ਬੀਜੇਪੀ ਦੇ ਵਕੀਲ ਬਣ ਕੇ ਤੁਰੇ ਫਿਰਦੇ, ਕੌਣ ਮੂੰਹ ਲਾਓ, ਕੋਈ ਨੀ ਲਾਊਗਾ, ਇੱਥੇ ਵੇਖੋ ਤੁਸੀਂ ਕੀ ਬਣ। ਲੇਕਿਨ ਬੀਜੇਪੀ ਬੜੇ ਦਬਦਬੇ ਨਾਲ ਮੈਦਾਨ 'ਚ ਉਤਰ ਰਹੀ ਹੈ, ਔਰ ਸੁਸ਼ੀਲ ਰਿੰਕੂ ਨੂੰ ਤੁਹਾਡੇ ਕੋਲੋਂ ਲੈ ਗਏ, ਕੁਝ ਕੈਂਡੀਡੇਟ ਹੋਰ ਲੈ ਗਏ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਨਾ ਸਰ, ਤੁਹਾਨੂੰ ਚਾਰ ਜੂਨ ਨੂੰ ਪਤਾ ਲੱਗੂਗਾ ਤਰੀਕਾ ਕੀ। ਠੀਕ ਹੈ, ਤਾਂ ਕੁਲਦੀਪ ਸਿੰਘ ਧਾਲੀਵਾਲ ਨਿਊਜ਼ 18 ਦੇ ਨਾਲ ਗੱਲਬਾਤ ਕਰ ਰਹੇ ਸੀ। ਮੁੱਖ ਮੰਤਰੀ ਦੇ ਨਾਲ ਬੈਠਕ ਹੋਈ, ਮੁੱਖ ਮੰਤਰੀ ਨੇ ਕੀ ਫਾਰਮੂਲੇ ਦਿੱਤੇ ਉਸ ਬਾਰੇ ਚਾਨਣਾ ਪਾ ਰਹੇ ਸੀ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18, ਚੰਡੀਗੜ੍ਹ।